ਵਿਧਵਾ ਜਨਾਨੀਆਂ ਨੇ, ਬੰਦੇ ਹੈ ਨੀ, ਬੁੜੀਆਂ ਹੈਗੀਆਂ ਵਿਚਾਰੀਆਂ, ਮਕਾਨ ਡਹਿ ਗਏ, ਹੁਣ ਕਿੱਥੇ ਰਹਿਣਗੇ ਆ? ਇੰਨਾ ਸ਼ੁਕਰ ਕਰ ਚੱਲ ਰੱਬ ਨੇ ਬਚਾਓ ਕਰਤਾ ਵੀ ਪਰਾਂ ਨੂੰ ਸਰਕ ਗਏ, ਜਦ ਇੱਕ ਲੱਗ ਤੇ ਚਾਰੇ ਪੰਜੇ ਗਿਰ ਗਏ ਸਾਰੇ, ਹੁਣ ਬੱਚੇ ਨੇ ਬੱਚੇ ਆਪਦੇ ਆਪਦੇ ਘਰ ਦੇ ਨੇ, ਸਾਨੂੰ ਕਿਹੜਾ ਪੁੱਛਦਾ? ਬਾਹਲਾ ਨੁਕਸਾਨ ਹੋ ਗਿਆ ਜੀ, ਸਾਰੇ ਘਰ ਦੀਆਂ ਕੰਧਾਂ ਗਿਰ ਗਈਆਂ ਜੀ, ਇਹ ਗਰੀਬ ਬੰਦੇ ਨੇ ਜੀ, ਨੁਕਸਾਨ ਬਾਹਲਾ ਹੋ ਗਿਆ। ਗੱਡੀ ਲੰਘਦੀ ਹੈ ਜੀ ਇੱਕਦਮ, ਰੇਲਵੇ ਲੁਧਿਆਣਾ ਲੈਣ ਹੈ, ਇੱਕਦਮ ਧਮਕ ਪਈ, ਸਾਰੀਆਂ ਗੱਡੀ ਚੱਕੀ ਚੱਲੀਆਂ। ਗੱਡੀ ਲੰਘੀ ਆ ਜੀ, ਗੱਡੀ ਨਾਲ ਹੀ ਅਸੀਂ ਪਿੱਛੇ ਬੈਠੇ ਸੀ ਸਾਰੇ ਟੱਬਰ, ਇੰਨਾ ਸ਼ੁਕਰ ਕਰ ਚੱਲ ਰੱਬ ਨੇ ਬਚਾਓ ਕਰਤਾ ਵੀ ਪਰਾਂ ਨੂੰ ਸਰਕ ਗਏ, ਜਦ ਇੱਕ ਲੱਗ ਤੇ ਚਾਰੇ ਪੰਜੇ ਗਿਰ ਗਏ ਸਾਰੇ। ਕੋਈ ਰੇਲਵੇ ਲਾਈਨ ਲੰਘਦੀ ਕੋਲ ਦੀ? ਹਾਂ, ਉਹ ਆਹ ਦੇਖ ਗੱਡੀ ਲਖੀ ਸੀ, ਉਹ ਜਦ ਹੀ ਗੱਡੀ ਲਖੀ ਸੀ ਸਾਨੂੰ ਜੀ, ਮਾੜਾ ਮੋਟਾ ਤਾਂ ਸਾਨੂੰ ਵੀ ਹੁਣ ਹੋਣਾ ਚਾਹੀਦਾ ਜੀ, ਕੋਈ ਗਰੀਬਾਂ ਦੀ ਮਦਦ ਕਰੂਗਾ। ਸਾਡੇ ਤਾਂ ਚਾਰੇ ਹੀ ਦਰਾਂ ਜੇਠਾਣੀਆਂ ਦੇ ਕੋਈ ਬੰਦੇ ਵੀ ਨਹੀਂ ਹੈਗੇ, ਹੁਣ ਬੱਚੇ ਨੇ ਬੱਚੇ ਆਪਦੇ ਆਪਦੇ ਘਰ ਦੇ ਨੇ, ਸਾਨੂੰ ਕਿਹੜਾ ਪੁੱਛਦਾ? ਇੱਥੇ ਉਹਨਾਂ ਅਸੀਂ ਕੰਧਾਂ ਦੇ ਲਵੇ ਬੈਠੇ ਸੀ, ਪਰੇ ਜਿਹਾ ਹੋ ਗਏ ਅਤੇ ਜਾਣੀ ਕਿ ਉਹ ਫਿਰ ਡਿੱਗ ਗਿਆ ਉੱਤੋਂ, ਆਪੇ ਹੀ ਡਿੱਗੇ ਜੀ, ਚਾਰ ਘਰਾਂ ਦੀ ਜੀ ਲਖਤ ਹੀ ਡਿੱਗੇ ਨੇ। ਕਿੰਨਾ ਕੁ ਨੁਕਸਾਨ ਹੋ ਗਿਆ? ਬਹੁਤ ਨੁਕਸਾਨ ਜੀ ਹੋ ਗਿਆ ਜੀ, ਹੁਣ ਤਾਂ ਗਰੀਬ ਹੈ ਅਸੀਂ ਤਾਂ ਕਮਾ ਕੇ ਕਰਕੇ ਖਾ ਵੀ ਨਹੀਂ ਸਕਦੇ, ਜਿਹੜੇ ਜਿਹਨਾਂ ਦਾ ਡਿੱਗਿਆ। ਇੱਕੋ ਲਖਤ ਸਾਰੀਆਂ ਕੰਧਾਂ ਡਿੱਗੀਆਂ ਜੀ, ਸਾਰੀਆਂ ਤ੍ਰਿਣਾ ਖਾ ਗਈਆਂ, ਸਾਰੀ ਛੱਤਾਂ ਡਿੱਗੀਆਂ। ਸਰਕਾਰ ਤੋਂ ਮੈਂ ਇਹ ਮੰਗ ਚਾਹੁੰਦਾ ਵੀ ਕੁਛ ਨਾ ਕੁਛ ਮੁਆਵਜ਼ਾ ਮਿਲੇ ਇਹਨਾਂ ਨੂੰ। ਗੱਡੀ ਲੰਘਦੀ ਹੈ ਜੀ ਇੱਕਦਮ, ਰੇਲਵੇ ਲੁਧਿਆਣਾ ਲੈਣ ਹੈ, ਇੱਕਦਮ ਧਮਕ ਪਈ, ਸਾਰੀਆਂ ਗੱਡੀ ਚੱਕੀ ਚੱਲੀਆਂ। ਹਾਲੇ ਦੋ ਤਿੰਨ ਘਰਾਂ ਦੀਆਂ ਬਚੀਆਂ, ਉਹ ਵੀ ਜਾ ਰਹੀਆਂ ਨੇ ਜੀ। ਅਸੀਂ ਤਾਂ ਉਹ ਵੀ ਮਜ਼ਦੂਰ ਨੇ, ਗਰੀਬ ਬੰਦੇ ਨੇ, ਇਹਨਾਂ ਦੇ ਮਕਾਨ ਬਣਨੇ ਚਾਹੀਦੇ ਨੇ, ਫਿਰ ਕਮਾ ਕੇ ਤਾਂ ਬੰਦੇ ਤਾਂ ਹੈ ਨਹੀਂ, ਇਹਨਾਂ ਦੇ ਸਾਰੇ ਚਾਰ ਜਨਾਨੀਆਂ ਦੇ ਵਿਧਵਾ ਜਨਾਨੀਆਂ ਨੇ, ਬੰਦੇ ਹੈ ਨਹੀਂ, ਬੁੜੀਆਂ ਹੈਗੀਆਂ ਵਿਚਾਰੀਆਂ, ਮਕਾਨ ਡਹਿ ਗਏ, ਹੁਣ ਕਿੱਥੇ ਰਹਿਣਗੇ ਆ? ਕੋਈ ਆਸਰਾ ਨਹੀਂ, ਕੋਈ ਸਹਾਰਾ ਨਹੀਂ ਇਹਨਾਂ ਦਾ। ਕੋਈ ਲੱਗਿਆ ਪਤਾ ਗਿਰਨ ਦਾ ਕੀ ਕਾਰਨ ਹੋ ਸਕਦਾ, ਕਿਵੇਂ ਗਿਰੀਆਂ ਨੇ? ਬਸ ਤੇੜਾ ਆ ਗਈਆਂ, ਗੱਡੀ ਨਾਲ ਡਿੱਗ ਗਈਆਂ, ਥੱਲਕ ਪਈ ਹੈ ਗੱਡੀ, ਉੱਤੋਂ ਡਿੱਗ ਗਈਆਂ ਆ ਕੇ। ਮੈਂ ਉਰੇ ਦਿਹਾੜੀ ਲੱਗਿਆ ਹੋਇਆ ਸੀਗਾ ਜੀ, ਅਸੀਂ ਕਹਿੰਦਾ ਜੀ ਜਦੋਂ ਕੰਧਾਂ ਨੂੰ ਹੱਥ ਪਾਇਆ ਜੀ, ਹੁਣ ਤੋਂ 10-15 ਮਿੰਟ ਦੀ ਗੱਲ ਹੈ ਜੀ, ਬਾਹਲਾ ਨੁਕਸਾਨ ਹੋ ਗਿਆ ਜੀ, ਸਾਰੇ ਘਰ ਦੀਆਂ ਕੰਧਾਂ ਗਿਰ ਗਈਆਂ ਜੀ, ਇਹ ਗਰੀਬ ਬੰਦੇ ਨੇ ਜੀ, ਨੁਕਸਾਨ ਬਾਹਲਾ ਹੋ ਗਿਆ, ਮੇਰੀ ਵੀ ਬਚਤ ਰਹਿ ਗਈ, ਚਲੋ ਮੈਂ ਛਾਲ ਮਾਰ ਕੇ ਪਰੇ ਹੋ ਗਿਆ ਜੀ, ਪਰਮਾਤਮਾ ਰੱਖਦਾ ਜੀ, ਇਹ ਗਰੀਬ ਬੰਦੇ ਨੇ, ਦਿਹਾੜੀਦਾਰ ਬੰਦੇ ਨੇ, ਮੇਰੀ ਮੰਗ ਇਹੀ ਆ ਵੀ ਇਹਨਾਂ ਨੂੰ ਜੀ ਇਨਸਾਫ ਤੋਂ ਮਿਲਣਾ ਚਾਹੀਦਾ ਜੀ, ਗਰੀਬ ਬੰਦੇ ਨੇ ਜੀ। ਇਹ ਫੋਨ ਆਇਆ ਪ੍ਰਧਾਨ ਜੀ ਦਾ, ਜੋ ਦੱਸਿਆ ਵੀ ਕਹਿੰਦੇ ਵੀ ਸਾਡੇ ਸਾਰੇ ਘਰਾਂ ਦੀਆਂ ਪਿੱਛੇ ਕੰਧਾਂ ਸਾਰੀਆਂ ਡਿੱਗ ਗਈਆਂ ਕੰਧਾਂ 'ਚ, ਅਤੇ ਇਹਦੋ ਜਦੋਂ ਮੈਂ ਮੌਕਾ ਆ ਕੇ ਦੇਖਿਆ ਸਮਾਨ ਬਹੁਤ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਿਆ, ਵੀ ਜੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੈਗਾ, ਇੰਨੀ ਬੱਚਤ ਹੋ ਗਈ ਹੈ, ਪਰ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ, ਗਰੀਬ ਪਰਿਵਾਰ ਆ ਜੀ ਅਤੇ ਦਿਹਾੜੀ ਮਜ਼ਦੂਰੀ ਕਰਦੇ ਨੇ, ਜਿਹੜਾ ਕਿ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਅਤੇ ਅਸੀਂ ਸਰਕਾਰ ਤੋਂ ਸਾਰੇ ਮੁਹੱਲੇ ਮਨਵਾਸੀ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਜਲਦ ਤੋਂ ਜਲਦ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਕਿ ਇਹ ਗਰੀਬ ਪਰਿਵਾਰ ਹੈ ਤਾਂ ਇਹਨਾਂ ਦਾ ਜਿੰਨੀ ਕੁਛ ਮਦਦ ਹੋ ਸਕੇ।